सुई सवेर चैनल देख रहे सारे दर्शकों का मैं हरजीत भिखी स्वागत करदा साडे खास प्रोग्राम स्पीकिंग यूथ दे विच। दोस्तों, पंजाब दे विच नशियां दा छेवां दरिया वग रहा है, जिस दे विच नौजवान पीढ़ी का एक वड्डा हिस्सा गोते ला रहा है, डुब रहा है, मर रहा है। इस ते ठल पाउण दे लई कैप्टन सरकार ने समय समय से कदम भी उठाए ने अते अज तो कई महीने पहला एक मरो जां विरोध करो की एक लहर उठी सी, जिस दे तहत लोग जिहड़े ने सड़कां ते आए सी अते किते ना किते इस नशे नूं ठल पाउण दे लई कदम उठा रहे सी। हुण मौजूदा पंजाब दे विच की हालात ने, कि वाकई नशे दे उत्ते ठल पै गई है, जेकर नशा अज भी विक रहा है तो की कारण है, इस सब जानने के लिए नौजवानों तो जाणांगे कि वह इस मसले के उत्ते की राय रखते हैं। अच्छा वीरे, अज तो ना कई महीने पहला पंजाब दे विच एक मुहिम चली सी, मरो जां विरोध करो, नशे के विरोध के उदो नशा बहुत ज़्यादा वध्या होया सी। तुहानू लगता कि नशे ते आपां कंट्रोल पा लिया? ना भाई, बुरा हाल है नशे का, सरकार नशा है, आप देख देंगे मेडिकल नशा, दूजा नशा, सारे नशे चली जाते हैं। बुरा हाल है जवाकों का, मुंडियां का, कुड़ियां भी कर दियां ने, मुंडे का छड्डो, बुरा हाल है। चिट्टा, गोलियां, समैक, सारा कुछ बिकता, आम बिकता भाई, घर घर बिक रहा। अच्छा, की कारण है नौजवान नशे ते लगते क्यों ने, थोनू की लगता? सरकार लाउंदियां, मंडीर लाउंदियां, आपस लग जाते एक दूजे के सहे नाल लग जाते हैं नशा करन, मुंडे कॉलेजां च लग जाते हैं, स्कूलों वाले करी जाते हैं। ਬਹੁਤ ਬੁਰਾ ਹਾਲ ਆ ਬਈ, ਸਾਰੇ ਪੰਜਾਬ ਦੇ ਬੁਰਾ ਹਾਲ ਆ। ਅੱਛਾ ਬਾਈ, ਤੁਸੀਂ ਕਹੋਗੇ ਹੈਗਾ ਪੰਜਾਬ 'ਚ ਨਸ਼ਾ ਜਾਂ ਘਟਿਆ? ਹਾਂ ਬਾਈ, ਬਹੁਤ ਜ਼ਿਆਦਾ ਨਸ਼ਾ ਪੰਜਾਬ 'ਚ, ਪਰ ਸਰਕਾਰ ਨੇ ਕੋਸ਼ਿਸ਼ ਤਾਂ ਕੀਤੀ ਹੈਗੀ ਇਹਨੂੰ ਰੋਕਣ ਦੀ, ਪਰ ਇਹ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ, ਅਤੇ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਘੱਟ ਰਿਹਾ ਹੈਗਾ। ਨੌਜਵਾਨ ਨਸ਼ਾ ਕਰਦੇ ਕਿਉਂ ਨੇ, ਕੀ ਕਾਰਨ ਹੋ ਸਕਦਾ? ਨੌਜਵਾਨ ਅੱਜ ਕੱਲ੍ਹ ਇੱਕ ਤਾਂ ਆਪਾਂ ਆਮ ਹੀ ਦੇਖਦੇ ਹਾਂਗੇ ਵੀ ਕਿ ਇੰਟਰਨੈਟ ਵਗੈਰਾ 'ਤੇ ਯੂਜ, ਜਿਹੜਾ ਆਪਣਾ ਰੋਲ ਮਾਡਲ ਮੰਨ ਰਹੇ ਨੇ ਇਹ ਲੋਕਾਂ ਨੂੰ, ਇਹ ਬਹੁਤ ਗਲਤ ਜਾ ਰਹੇ ਨੇ। ਜਿਹੜਾ ਕਿ ਦੇਖ ਰਹੇ ਹਾਂ ਆਪਾਂ ਟੀਵੀਆਂ 'ਤੇ ਅੱਜ ਕੱਲ੍ਹ ਨਵੇਂ ਚਿੱਟਾ ਫਲਾਨਾ ਡਿਮਕਾ ਇੱਦਾਂ ਦੇ ਗਾਣੇ ਚੱਲਦੇ ਨੇ, ਜਿਹੜੇ ਆਪਣੀ ਨੌਜਵਾਨ ਪੀੜ੍ਹੀ ਹੈਗੀ ਸਕੂਲਾਂ ਤੋਂ ਹੀ ਇਹਨਾਂ ਵੱਲ ਆਕਰਸ਼ਿਤ ਹੋ ਜਾਂਦੀ ਹੈ ਇਹ ਨਸ਼ਿਆਂ ਵੱਲ, ਜਿਵੇਂ ਕਿ ਚਿੱਟਾ ਅਤੇ ਫਲਾਨਾ ਡਿਮਕਾ ਇਹ ਗਾਣੇ ਆਪਾਂ ਆਮ ਹੀ ਸੁਣਦੇ ਹਾਂਗੇ ਇੰਟਰਨੈਟ ਸਾਈਟਾਂ 'ਤੇ। ਜਿਹੜੇ ਆਪਣੇ ਜਵਾਕ ਨੇ ਸਿਗਟਾਂ, ਅੱਜ ਕੱਲ੍ਹ 8ਵੀਂ 9ਵੀਂ 10ਵੀਂ ਦੇ ਜਵਾਕ ਹੀ ਇੱਥੋਂ ਪੈ ਜਾਂਦੇ ਨੇ, ਮਤਲਬ ਕਿ ਮਾਪਿਆਂ ਦਾ ਵੀ ਕੋਈ ਧਿਆਨ ਨਹੀਂ ਹੈਗਾ। ਅੱਜ ਕੱਲ੍ਹ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਇਹ ਨਸ਼ਿਆਂ ਵੱਲ ਹੀ ਵੱਧਦੀ ਜਾ ਰਹੀ ਹੈ, ਅਤੇ ਕੋਈ ਰੋਕ ਨਹੀਂ ਹੈਗੀ। ਸਰਕਾਰ ਨੇ ਕੋਸ਼ਿਸ਼ ਤਾਂ ਕੀਤੀ ਹੈਗੀ, ਪਰ ਇਹ ਕੋਸ਼ਿਸ਼ ਹਜੇ ਆਪਾਂ ਕਾਮਯਾਬ ਨਹੀਂ ਕਹਿ ਸਕਦੇ, ਪਰ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਫਰਕ ਪਿਆ ਗਾ। ਜਿਵੇਂ ਕਿ ਆਮਤਰ ਜ਼ਿਆਦਾਤਰ ਆਪਾਂ ਸੜਕਾਂ 'ਤੇ ਵਿਕਦਾ ਵੇਖਿਆ ਗਾ, ਇਹਦੇ ਕਿਤੇ ਨਾ ਕਿਤੇ ਰੋਕ ਪਈ ਆ ਥੋੜ੍ਹਾ ਬਹੁਤ ਕਿਤੇ ਨਾ ਕਿਤੇ। ਜੇ ਸਰਕਾਰ ਹੋਰ ਵਧੀਆ ਕਦਮ ਚੁੱਕੇ, ਕੋਸ਼ਿਸ਼ ਕਰੇ, ਤਾਂ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਵੀ ਇਹ 'ਤੇ ਰੋਕ ਲਗਾਈ ਜਾ ਸਕਦੀ ਹੈ। ਅੱਛਾ, ਅਤੇ ਨਸ਼ਾ ਆਉਂਦਾ ਕਿੱਥੋਂ ਆ? ਇਹ ਨਸ਼ਾ ਆਪਣੇ ਪੰਜਾਬ 'ਚ ਤਾਂ ਹੈ ਨਹੀਂ ਗਾ ਬਈ, ਕਿਤੇ ਇਹ ਕਿਤੇ ਨਾ ਕਿਤੇ ਬਾਹਰੋਂ ਸਪਲਾਈ ਹੋ ਰਹੀ ਹੈ। ਇਹਦੇ ਵਿੱਚ ਹੀ ਆਪਣੇ ਪ੍ਰਸ਼ਾਸਨ ਦੇ ਲਾ ਲਓ ਜਾਂ ਕੋਈ ਸਰਕਾਰਾਂ ਲਾ ਲਓ, ਵਿੱਚ ਕੋਈ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੇ, ਕੁਛ ਕੁ ਲੀਡਰ ਨੇ ਜਿਨ੍ਹਾਂ ਇਹਨਾਂ ਦੀ ਰੈਲੀ ਮਿਲੀ ਭੁਗਤ ਹੁੰਦੀ ਹੈਗੀ, ਨੌਜਵਾਨ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ ਵੱਧ ਪੈਸੇ ਕਮਾਉਣ ਦੀ ਚਾਹ ਕਾਮਨਾ ਕਰਕੇ ਇਹ ਜ਼ਿਆਦਾਤਰ ਨਸ਼ੇ ਦੀ ਵਰਤੋਂ 'ਚ ਲਿਆ ਜਾ ਰਿਹਾ। ਅੱਛਾ, ਅਤੇ ਰੋਕ ਕਿਉਂ ਨਹੀਂ ਲਾ ਰਹੀ ਸਰਕਾਰ ਜਦੋਂ ਬਾਹਰੋਂ ਸਪਲਾਈ ਹੁੰਦਾ? ਨਹੀਂ, ਇਹ ਇੱਕ ਤਰ੍ਹਾਂ ਦਾ ਬਿਜ਼ਨਸ ਬਣਾ ਲਿਆ ਜੀ ਨਸ਼ੇ ਨੂੰ। ਅੱਜ ਕੱਲ੍ਹ ਕੋਈ ਰੁਜ਼ਗਾਰ ਰਿਹਾ ਨਹੀਂ, ਕੋਈ ਬਿਜ਼ਨਸ ਰਿਹਾ ਨਹੀਂ, ਆਪਣੇ ਕੀ ਆਪਣੀ ਜਨਸੰਖਿਆ ਹੀ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਲੋਕਾਂ ਨੂੰ ਨਸ਼ੇ ਵੱਲ ਲਾ ਕੇ ਜਿਹੜੀ ਕਮਾਈ ਕੀਤੀ ਜਾ ਰਹੀ ਹੈ ਇਹਨੂੰ ਨਸ਼ੇ ਨੂੰ ਬਿਜ਼ਨਸ ਬਣਾ ਲਿਆ। ਅੱਛਾ ਬਾਈ, ਤੁਹਾਨੂੰ ਕੀ ਲੱਗਦਾ ਜ਼ਿੰਮੇਵਾਰ ਕੌਣ ਹੈ ਨਸ਼ੇ ਦਾ? ਜ਼ਿੰਮੇਵਾਰ ਸਰਕਾਰਾਂ ਨੇ ਬਾਈ, ਬਿਜ਼ਨਸਮੈਨ ਨੇ, ਵੱਡੇ ਵੱਡੇ ਨਸ਼ਾ ਵੇਚੀ ਜਾਂਦੇ ਆ, ਜਵਾਕਾਂ ਨੂੰ ਲਾਈ ਜਾਂਦੇ ਨੇ, ਆਦੀ ਹੋ ਜਾਂਦੇ ਨੇ, ਫਿਰ ਉਹ ਘਰ ਵੇਚਦੇ ਆ, ਚੋਰੀ ਕਰਦੇ ਆ, ਸਭ ਕੁਛ ਕਰਦੇ ਆ, ਤਾਂ ਕਰਕੇ ਸਰਕਾਰ ਹੀ ਜ਼ਿੰਮੇਵਾਰ ਨੇ ਇਹ 'ਚ। ਸਪਲਾਈ ਬੰਦ ਹੋ ਜਾਏ, ਨਸ਼ਾ ਆਉਣਾ ਹੀ ਨਹੀਂ ਗਾ ਪੰਜਾਬ 'ਚ। ਅੱਛਾ, ਇਹਨੂੰ ਠੱਲ ਪਾਉਣ ਦੇ ਲਈ ਕੀ ਕਦਮ ਉਠਾਉਣ, ਖਾਸ ਕਰਕੇ ਨੌਜਵਾਨਾਂ ਨੂੰ ਤਾਂ ਜਾਗਰੂਕ ਕਰਨਾ ਚਾਹੀਦਾ ਬਈ ਨਸ਼ੇ ਨੂੰ, ਸਪੋਰਟਸ ਵੱਲ ਜਾਣਾ ਚਾਹੀਦਾ ਗਾ, ਇੱਕ ਦੂਜੇ ਨੂੰ ਸਮਝਾਉਣਾ ਚਾਹੀਦਾ ਗਾ, ਸੈਮੀਨਾਰ ਕਰਾਉਣੇ ਚਾਹੀਦੇ ਆ। ਤੁਸੀਂ ਕਹੋਗੇ ਬਈ ਕਿਵੇਂ ਠੱਲ ਪੈ ਸਕਦੀ? ਠੱਲ ਯਾਰ ਕਿਵੇਂ ਨਾ ਕਿਵੇਂ, ਮਾਪਿਆਂ ਨੂੰ ਆਪਣੇ ਬੱਚੇ 'ਤੇ ਜ਼ਿਆਦਾ ਗੌਰ ਰੱਖਣੀ ਚਾਹੀਦੀ, ਇੱਕ ਦੋਸਤਾਨਾ ਫਰੈਂਡਲੀ ਦੇ ਤਰ੍ਹਾਂ ਦਾ ਮੈਂਬਰੀ ਵਿੱਚ ਮਾਹੌਲ, ਪਰਿਵਾਰ ਵਿੱਚ ਮਾਹੌਲ ਬਣਾ ਕੇ ਰੱਖਣਾ ਚਾਹੀਦਾ। ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਕੋਈ ਆਉਂਦਾ ਪਰਿਵਾਰ 'ਚ ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ, ਇੰਟਰਨੈਟ ਦਾ ਜ਼ਿਆਦਾ ਜ਼ਮਾਨਾ ਆ ਗਿਆ, ਹਰ ਕੁਛ ਹੀ ਜਾ ਕੇ ਇੱਕ ਪੋਸਟ ਅਪਲੋਡ ਕਰ ਦਿੱਤੀ ਜਾਂਦੀ ਹੈ ਵੀ ਨਸ਼ਾ ਰੋਕੋ ਫਲਾਨਾ, ਆਪਾਂ ਦੇਖਦੇ ਹਾਂ। ਪਰ ਕਿਤੇ ਨਾ ਕਿਤੇ ਮਾਪਿਆਂ ਨੂੰ ਵੀ ਫਰੈਂਡਲੀ ਤੌਰ 'ਤੇ ਆਪਣੇ ਜਵਾਕਾਂ ਨੂੰ ਸਮਝਾਉਣਾ ਚਾਹੀਦਾ, ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ, ਬਾਕੀ ਸਰਕਾਰ ਨੂੰ ਕਦਮ ਉਠਾਉਣੇ ਚਾਹੀਦੇ ਨੇ, ਅਤੇ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਕਿ ਨੌਜਵਾਨ ਪੀੜ੍ਹੀ ਨੂੰ ਸਪੋਰਟਸ ਵੱਲ, ਖੇਡਾਂ ਵੱਲ ਆਕਰਸ਼ਿਤ ਕੀਤਾ ਜਾਵੇ, ਕਿਤੇ ਨਾ ਕਿਤੇ ਨਸ਼ੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਗਾ। ਅਤੇ ਜਿਹੜੀ ਇਹ ਜ਼ਿਆਦਾ ਮਾਤਰਾ ਵਿੱਚ ਸਪਲਾਈ ਹੁੰਦੀ ਹੈ, ਆਪਣੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਸਖਤ ਕਦਮ ਉਠਾਉਣੇ ਚਾਹੀਦੇ ਨੇ ਜੀ। ਹਾਂਜੀ ਬਾਈ, ਥੋੜ੍ਹਾ ਫਰਕ ਹੈਗਾ ਪਹਿਲਾਂ ਨੂੰ, ਬਟ ਅੱਜ ਕੱਲ੍ਹ ਵੀ ਚਿੱਟਾ ਆਮ ਹੀ ਹੈਗਾ, ਆਮੋ ਆਮ ਹੀ ਯਾਰ। ਹੁਣ ਤਾਂ ਮੁੰਡੇ ਘੱਟ, ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹ ਵੱਧ ਵੇਚ ਰਹੀਆਂ ਨੇਗੀਆਂ, ਛੋਟੇ ਤੋਂ ਛੋਟਾ ਵੀ ਜਿਹੜਾ ਪਰਿਵਾਰ ਆ ਉਹ ਵੀ ਅੱਜ ਕੱਲ੍ਹ 500 ਰੁਪਏ ਦੇ ਵਿੱਚ ਚਿੱਟਾ ਮਿਲ ਜਾਂਦਾ ਵੀ ਬੰਦੇ ਨੂੰ ਇੱਕ ਵਾਰੀ ਲੱਗ ਜਾਏ ਜਿਹਨੂੰ ਲੱਤ ਲੱਗੀ ਹੋਈ ਆ। ਕਿਉਂ ਜਾਂਦਾ ਕਿਤੇ ਘੁੰਮਣ ਫਿਰਨ, ਉੱਥੇ ਪੈ ਜਾਂਦੀ ਆਦਤ, ਫਿਰ ਅੱਜ ਦੀ ਘਰ
ਕਰਕੇ ਉਹ ਘਰੇ ਵੀ ਹੁਣ ਲਾ ਰਿਹਾ ਹੈ ਕਿਉਂਕਿ ਆਮੋ ਆਮ ਹੋ ਰਿਹਾ ਪਿੰਡ ਸ਼ਹਿਰ 'ਚ ਹਰੇਕ 'ਚ ਮਿਲਦਾ। ਅੱਛਾ ਅਤੇ ਨੌਜਵਾਨ ਨਸ਼ਾ ਕਰਨ ਕਿਉਂ ਲੱਗਦੇ ਨੇ, ਕੀ ਕਾਰਨ ਲੱਗਦਾ ਤੁਹਾਨੂੰ? ਕਿਤੇ ਨਾ ਕਿਤੇ ਬੇਰੁਜ਼ਗਾਰੀ ਜਾਂ ਦਿਮਾਗ ਦੀ ਕੀ ਤੁਹਾਨੂੰ ਲੱਗਦਾ ਵੀ ਕਿਉਂ ਨਸ਼ਾ ਕਰਦੇ ਨੇ? ਕੁਝ ਤਾਂ ਸ਼ੌਂਕ ਦੇ ਵਿੱਚ ਹੁੰਦੇ ਨੇ, ਜ਼ਿਆਦਾ ਰੋਲ ਬੇਰੁਜ਼ਗਾਰੀ ਦਾ, ਸਰਕਾਰ ਕੋਈ ਨੌਕਰੀ ਨਹੀਂ ਦੇ ਰਹੀ। ਆਹ ਹੁਣ ਦੇਖ ਲਓ ਮੇਰੇ ਨਾਲ ਦੇ ਸਾਰੇ ਨੇ, ਚਾਰ ਚਾਰ ਪੰਜ ਪੰਜ ਸਾਲ ਹੋ ਗਏ ਭਰਤੀਆਂ ਦੇਖਦਿਆਂ ਨੂੰ, ਕਿਸੇ ਨੂੰ ਕੋਈ ਜੋਬ ਨਹੀਂ ਮਿਲੀ ਹੈਗੀ। ਆਹੀ ਮੁੰਡੇ ਆਉਂਦੇ ਨੇ ਬਥੇਰੇ ਨੇ ਨਾਲ ਦੇ ਨੇ, ਆਉਂਦੇ ਕਈ ਡੈਥ ਵੀ ਕਰ ਜਾਂਦੇ ਨੇ ਆਪਣੇ, ਸੁਸਾਈਡ ਕਰ ਜਾਂਦੇ ਨੇ ਜੀ, ਵੀ ਜੋਬ ਨਹੀਂ ਮਿਲਦੀ ਘਰੇ ਕਿਵੇਂ ਦਿਖਾਵਾਂਗੇ। ਫਿਰ ਹੁਣ ਤੁਸੀਂ ਆਪਦੇ ਹਿਸਾਬ ਲਾ ਲਓ ਵੀ ਕੀ ਕਾਹ 'ਚ। ਅੱਛਾ ਵੀ ਤੁਹਾਨੂੰ ਲੱਗਦਾ ਪੰਜਾਬ 'ਚ ਨਸ਼ਾ ਘਟਿਆ ਜਾਂ ਹੈਗਾ ਕੀ? ਨਾ ਬਾਈ, ਆਪਾਂ ਨੂੰ ਤਾਂ ਨਹੀਂ ਲੱਗਦਾ ਵੀ ਘਟਿਆ, ਘਟਣ ਲੱਗਦਾ ਨਹੀਂ। ਆਹ ਵੋਟਾਂ ਪੈਂਦੇ ਨੇ ਉਦੋਂ ਦਾਰੂ ਆਮ ਚੱਲਦੀ ਆ, ਭੁੱਕੀ ਫੀਮਾ ਸਾਰੇ ਨਸ਼ੇ ਐਂ ਬਣਦੇ ਨੇ ਵੀ ਸਾਨੂੰ ਵੋਟ ਪਾਓ, ਅਸੀਂ ਆਹ ਸਵਾਂਗੇ, ਆਹ ਕਰਾਂਗੇ, ਐਂ ਕਰਦੇ ਹਾਂ, ਫਲਾਣਾ ਕੋਈ ਦਾਰੂ ਬਣਦਾ, ਕੋਈ ਚਿੱਟਾ, ਕੋਈ ਕੁਛ, ਭੁੱਕੀ ਫੀਮਾ ਆਮ ਚੱਲਦੀ ਆ ਬਾਈ। ਅੱਛਾ ਸਰਕਾਰਾਂ ਨੇ ਤਾਂ ਕਿਹਾ ਵੀ ਨਸ਼ਾ ਘੱਟ ਗਿਆ, ਕਿੱਥੇ ਘੱਟ ਗਿਆ ਬਾਈ? ਇਹ ਤਾਂ ਲਾਉਂਦੇ ਨੇ, ਬਾਅਦ 'ਚ ਕਹਿੰਦੇ ਨੇ ਘੱਟ ਗਿਆ, ਬਾਅਦ 'ਚ ਬੰਦ ਕਰਦੇ ਨੇ, ਫਿਰ ਮਰਦੇ ਨੇ, ਸਾਈਡ ਕਰਦੇ ਨੇ, ਮਿਲਦਾ ਨਹੀਂ ਕਿਤੇ ਕਿਸੇ ਨੂੰ ਕੁਛ ਹੁੰਦਾ, ਫਿਰ ਕੋਈ ਕਿੱਥੇ ਜਾ ਕੇ ਬਾਹ ਲੈਂਦਾ ਕਿਸੇ ਨੂੰ ਮਿਲਦਾ ਨੇ, ਘਰੋਂ ਚੋਰੀਆਂ ਕਰਦੇ ਨੇ, ਲੜਦੇ ਨੇ, ਘਰੇ ਕੁੱਟਦੇ ਨੇ, ਕੁੱਟ ਮਾਰ ਕਰਕੇ ਪੈਸੇ ਲੈ ਕੇ ਹੀ ਜਾਂਦੇ ਨੇ। ਅੱਛਾ ਜ਼ਿੰਮੇਵਾਰ ਕੌਣ ਇਹਦਾ ਸਭ ਤੋਂ ਵੱਡਾ ਨਸ਼ੇ ਦਾ? ਸਰਕਾਰ ਹੀ ਆ ਬਾਈ, ਦੇ ਰੋਕ ਇਹ ਚਾਹੇ ਤਾਂ ਕੁਛ ਵੀ ਕਰ ਸਕਦੀ ਆ, ਦੇ ਬੰਦ ਕਰਦੇ ਕੌਣ ਲੈ, ਤੂੰ ਕਿੱਥੋਂ ਮਿਲ ਜੂਗਾ ਆਪਾਂ ਨੂੰ ਜਦੋਂ ਬੰਦ ਹੀ ਹੋਗਾ ਜਮਾਂ। ਅੱਛਾ ਆਉਂਦਾ ਕਿੱਥੋਂ ਆ ਨਸ਼ਾ? ਆਉਂਦਾ ਬਾਈ ਇਹ ਲੀਡਰਾਂ ਦਾ ਕੰਮ ਆ, ਲੀਡਰ ਆਪਦੇ ਹੱਥ ਹੁੰਦਾ ਵਿੱਚ ਵਿਕਾਉਂਦੇ ਨੇ, ਉਹੀ ਕਰਾਉਂਦੇ ਨੇ ਸਾਰਾ ਕੰਮ। ਅੱਛਾ ਜਿਵੇਂ ਹੁਣ ਮੈਂ ਤੁਹਾਨੂੰ ਦੇਖਿਆ ਨਾ, ਤੁਸੀਂ ਸਪੋਰਟਸਮੈਨ ਹੋ, ਖੇਡਦੇ ਵੀ ਹੋ, ਤੁਸੀਂ ਜਾਂ ਤੁਹਾਡੀ ਕੀ ਜ਼ਿੰਮੇਵਾਰੀ ਬਣਦੀ ਹੈ ਵੀ ਨਸ਼ੇ 'ਤੇ ਠੱਲ ਪਾਈ ਜਾਵੇ, ਤੁਸੀਂ ਤੁਹਾਨੂੰ ਕੀ ਕਦਮ ਉਠਾਉਣੇ ਚਾਹੀਦੇ? ਹਾਂ ਬਾਈ ਪਾਈ ਜਾਵੇ, ਨਸ਼ਾ ਕਰਕੇ ਮਿਲਦਾ ਕੀ ਆ ਬਾਈ? ਆਪਦੀ ਜ਼ਿੰਦਗੀ ਬਰਬਾਦ ਕਰ ਲੈਂਦੇ, ਨਹੀਂ ਮਿਲਦਾ ਬਾਅਦ 'ਚ ਸਾਈਡ ਕਰਦੇ ਨੇ, ਖੁਸ਼ਗੁਦੀਆਂ ਕਰਦੇ ਨੇ, ਨਸ਼ਾ ਕਰਕੇ ਕੋਈ ਫਾਇਦਾ ਨਾ ਸਰੀਰ ਨੂੰ ਗਾਲਣਾ ਆਪਦੇ ਨੂੰ, ਨਾਲੇ ਘਰ ਦੇ ਤੰਗ, ਨਾਲੇ ਲੋਕ ਤੰਗ, ਨਾਲੇ ਗਾਲਾਂ ਕੱਢਦੇ ਨੇ ਲੋਕ ਵੀ ਨਸ਼ਾ ਕਰਦੇ, ਲੋਕ ਖੜਦੇ ਨੇ, ਚਾਰ ਬੰਦੇ ਨਹੀਂ ਖੜਦੇ ਕੋਲੇ, ਵੀ ਇਹ ਖੜਾਂਗੇ ਆਪਣੀ ਰੈਪੂਟੇਸ਼ਨ ਡਾਊਨ ਹੋਊਗੀ। ਅੱਛਾ ਵੀ ਤੁਹਾਨੂੰ ਲੱਗਦਾ ਨਸ਼ਾ ਘਟਿਆ? ਨਾ ਜੀ ਘਟਿਆ ਨਹੀਂ ਹੈਗਾ ਬਾਈ, ਫੁੱਲ ਨਸ਼ਾ ਆ ਦੇਖ ਲਓ, ਹੁਣ ਵੋਟਾਂ ਜਦੋਂ ਪੈਂਦੀਆਂ ਨੇ ਫੁੱਲ ਨਸ਼ਾ ਵਿਕਦਾ, ਲੀਡਰ ਕਹਿੰਦੇ ਨੇ ਵੀ ਨਸ਼ੇ ਦੀ ਘਾਟ ਨਾ ਛੱਡੋ, ਬਸ ਵੋਟਾਂ ਪੈਣੀਆਂ ਚਾਹੀਦੀਆਂ ਨੇ ਵੀ ਲੋਕਾਂ ਦਾ ਕੁਛ ਨੇ ਵੀ ਬਣ, ਜਿਵੇਂ ਲੋਕ ਖਾਂਦੇ ਨੇ ਖਾਣ ਦੇ, ਵੀ ਆਪਣਾ ਕੀ ਕਹਿੰਦਾ ਆਪਣੇ ਪਾਰਟੀ ਦਾ ਆਉਣਾ ਜ਼ਰੂਰੀ ਆ। ਅੱਛਾ ਆਪਦੇ ਫਾਇਦੇ ਲਈ ਇਹ ਨੌਜਵਾਨ ਨਸ਼ੇ 'ਤੇ ਲਾਉਂਦੇ? ਹਾਂ ਜੀ ਲਾਉਂਦੇ ਨੇ, ਬਿਲਕੁਲ ਲਾਉਂਦੇ ਨੇ ਜੀ, ਜਿਵੇਂ ਹੁਣ ਸਰਕਾਰ ਹੈ ਸੋਚਣਾ ਚਾਹੀਦਾ ਵੀ ਆਪਾਂ ਨਸ਼ਾ ਘਟਾ ਦੀ, ਜਮ੍ਹਾਂ ਹੀ ਬੰਦ ਕਰ ਸਕਦੇ ਨੇ ਜੀ, ਘਟਾਉਣ ਦੇ ਸੋ ਦੂਰ ਆ, ਜਮ੍ਹਾਂ ਬੰਦ ਹੋ ਸਕਦਾ ਜੇ ਇਹ ਚਾਹੁਣ, ਪਰ ਇਹ ਕਰਦੇ ਨਹੀਂ ਹੈਗੇ ਜੀ, ਕਿਉਂ ਜੇ ਇਹਨਾਂ ਨੇ ਬੰਦ ਕਰਤਾ ਤਾਂ ਜਿਹੜਾ ਇਹਨਾਂ ਦਾ ਕਮਿਸ਼ਨ ਆ ਉਹ ਰੁਕ ਜੂਗਾ ਜੀ, ਜਿਵੇਂ ਹੁਣ ਇਹਨਾਂ ਦਾ ਕਮਿਸ਼ਨ ਅੱਧਾ ਹੁੰਦਾ ਵਿੱਚ, ਇਹ ਸਾਰੀ ਕੁਛ ਪਾ ਹੀ ਕਰੂੰਗੇ ਸਰਕਾਰ ਹੀ ਹੈ ਜੀ। ਤੂੰ ਕਹਿੰਦਾ ਬਾਈ ਹੈ ਨਸ਼ਾ? ਹਾਂ ਬਾਈ ਹੈਗਾ। ਅੱਛਾ ਅਤੇ ਜ਼ਿੰਮੇਵਾਰ ਇਹਦਾ ਕੌਣ ਆ ਤੁਹਾਨੂੰ ਕੀ ਲੱਗਦਾ, ਸਰਕਾਰ ਹੈ ਜਾਂ ਖੁਦ ਨੌਜਵਾਨ ਵੀ ਕਿਤੇ ਨਾ ਕਿਤੇ ਜਾਂ ਮਾਂ ਪਿਓ ਕੋਈ ਜ਼ਿੰਮੇਵਾਰ ਹੈ? ਬਈ ਨੌਜਵਾਨ ਤਾਂ ਕਿਉਂ ਜ਼ਿੰਮੇਵਾਰ ਨੇ, ਮਾਂ ਪਿਓ ਵੀ ਨਹੀਂ ਹੈਗੇ, ਸਰਕਾਰ ਹੀ ਆ, ਹੁਣ ਮਾਂ ਪਿਓ ਤਾਂ ਐਂ ਕਹਿੰਦੇ ਨੇ ਆਪਦੇ ਪੁੱਤ ਨੂੰ ਕੌਣ ਨਸ਼ੇ 'ਤੇ ਲਾਊਗਾ, ਹੁਣ ਜੇ ਸਰਕਾਰ ਚਾਹੇ ਤਾਂ ਉਹ ਰੋਕ ਵੀ ਸਕਦੀ ਆ, ਜਮ੍ਹਾਂ ਹੀ ਬੰਦ ਕਰ ਦੇ, ਜਦੋਂ ਨਸ਼ੀ ਨਾ ਹੋਇਆ ਫਿਰ ਖਾਊ ਕਿੱਥੋਂ ਬੰਦਾ, ਨੌਕਰੀਆਂ ਦੇਵੇ, ਬੇਰੁਜ਼ਗਾਰੀ ਜਦੋਂ ਖਤਮ ਹੋ ਗਈ ਬੰਦੇ ਨੌਕਰੀਆਂ 'ਤੇ ਜਾਣਗੇ ਤਾਂ ਫਿਰ ਨਸ਼ਾ ਕੌਣ ਕਿੱਥੋਂ ਕਰੂਗਾ? ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਯਾਰ ਅਸੀਂ ਨੌਕਰੀਆਂ ਦੇਈਏ, ਬੇਰੁਜ਼ਗਾਰੀ ਖਤਮ ਕਰੀਏ, ਪਰ ਇਹ ਬੇਰੁਜ਼ਗਾਰੀ ਖਤਮ ਨਹੀਂ ਕਰਦੇ, ਬੰਦਾ ਕਿਆ ਹੋਇਆ ਯਾਰ, ਕਦੇ ਕਹਿੰਦਾ ਵੀ ਅੱਜ ਦਾਰੂ ਪੀ ਲੈਣੇ ਆ, ਅੱਜ ਆਹ ਖਾ ਲੈਣਾ, ਫਿਰ ਬੰਦਾ ਹੌਲੀ ਹੌਲੀ ਇਹਦੀ ਲੱਤ ਪੈ ਜਾਣੀ ਹੈ ਜੀ। ਨਸ਼ਾ ਨਹੀਂ ਠੰਡਾ ਪਿਆ ਵੀਰੇ, ਜਿਹੜੀਆਂ ਉਹ ਗੱਲਾਂ ਸੀ ਨਸ਼ੇ ਨੂੰ ਘਟਾਉਣ ਵਾਲੀਆਂ ਉਹ ਜ਼ਰੂਰ ਠੰਡੀਆਂ ਪੈ ਗਈਆਂ, ਦੇਖਦੇ ਹਾਂ ਨਸ਼ਾ ਅੱਜ ਵੀ ਉਨਾ ਹੀ ਹੈਗਾ, ਨਸ਼ਾ ਨਹੀਂ ਘਟਿਆ, ਘਰ ਘਰ ਨਸ਼ਾ ਹੈਗਾ। ਅੱਛਾ ਨੌਜਵਾਨ ਨਸ਼ਾ ਕਰਦੇ ਕਿਉਂ ਨੇ, ਕੀ ਕਾਰਨ ਹੈ ਵੀਰੇ? ਬੇਰੁਜ਼ਗਾਰ ਨੇ, ਜਿਵੇਂ ਸਰਕਾਰਾਂ ਕਹਿੰਦੇ ਸੀ ਘਰ ਘਰ ਨੌਕਰੀ ਦੇਵਾਂਗੇ, ਇੰਨਾ ਪੜ੍ਹਨ ਦੇ ਬਾਵਜੂਦ ਵੀ ਸਾਰੇ ਬੇਰੁਜ਼ਗਾਰ ਤੁਰੇ ਫਿਰਦੇ ਨੇ, ਤਾਂ ਫਿਰ ਟੈਨਸ਼ਨਾਂ ਦੇ ਮਾਰੇ ਕੋਈ ਨਸ਼ੇ 'ਤੇ ਲੱਗ ਜਾਂਦਾ, ਕੋਈ ਕਾਸੇ 'ਤੇ ਲੱਗ ਜਾਂਦਾ ਗਾ, ਇਸ ਕਰਕੇ ਨਸ਼ਾ ਵੱਧ ਹੀ ਰਿਹਾ। ਅੱਛਾ ਨਸ਼ਾ ਆਉਂਦਾ ਕਿੱਥੋਂ ਹੈ? ਆਉਂਦਾ ਵੀਰੇ ਦੇਖੋ ਇਹ ਲੀਡਰਾਂ ਦੀ ਸਹਿ ਨਾਲ ਹੀ ਆਉਂਦਾ, ਊਂ ਤਾਂ ਵੱਢ ਵੀ ਨਹੀਂ ਸਕਦਾ ਪੰਜਾਬ 'ਚ, ਜਿਵੇਂ ਹੁਣ ਪੁਲਿਸ ਆ, ਕੋਈ ਆਪਣੀ ਆਰਮੀ ਆ, ਇਹ ਜਿਵੇਂ ਹਰ ਇੱਕ ਚੀਜ਼ 'ਤੇ ਠੱਲ ਪਾ ਸਕਦੀ ਆ, ਇਹ ਚਾਹੇ ਤਾਂ ਨਸ਼ੇ 'ਤੇ ਵੀ ਠੱਲ ਪਾ ਸਕਦੀ ਆ, ਇਹਨਾਂ ਦੀ ਮੌਜੂਦਗੀ 'ਚ ਹੀ ਆਉਂਦਾ। ਪਹਿਲਾਂ ਨੂੰ ਯਾਰ ਕੁਛ ਫਰਕ ਹੈਗਾ, ਜਿਹੜਾ ਪਹਿਲਾਂ ਆਪਾਂ ਦੇਖਦੇ ਸੀ ਨਸ਼ਾ, ਪਹਿਲਾਂ ਗਲੀਆਂ 'ਚ ਬਹੁਤ ਲੋਕਾਂ ਹੁੰਦੇ ਸੀਗੇ, ਕਈ ਦਰੱਖਤਾਂ ਥੱਲੇ ਬੈਠੇ ਸੀਗੇ, ਆਪਾਂ ਲੰਘਦੇ ਵੀ ਗੁਜ਼ਰਦੇ ਵੀ ਸੀਗੇ, ਉਦੋਂ ਆਪਾਂ ਨੂੰ ਦੇਖਦਾ ਸੀ, ਹੁਣ ਕੁਛ ਫਰਕ ਆ ਪਹਿਲਾਂ ਨਾਲੋਂ, ਕੁਛ ਜ਼ਿਆਦਾ ਸਰਕਾਰ ਨੇ ਕੁਛ ਕੀਤਾ ਨਹੀਂ ਹੈਗਾ ਨਾ ਇੰਨਾ ਜ਼ਿਆਦਾ, ਫਿਰ ਵੀ ਕੁਛ ਨਾ ਕੁਛ ਆਪਣੇ ਨੌਜਵਾਨ ਪੀੜ੍ਹੀ ਨੇ ਖੇਡਾਂ ਵੱਲ ਆਕਰਸ਼ਿਤ ਹੋ ਕੇ ਕੁਛ ਨਾ ਕੁਛ ਫਿਰ ਵੀ ਕੀਤਾ ਹੈਗਾ। ਤੁਹਾਨੂੰ ਲੱਗਦਾ ਵੀ ਨਸ਼ਾ ਘੱਟ ਗਿਆ? ਹਾਂ ਕੁਛ ਫਿਰ ਵੀ ਠੀਕ ਆ ਯਾਰ। ਅੱਛਾ ਤੁਹਾਨੂੰ ਕੀ ਲੱਗਦਾ ਬਈ ਘਟਿਆ ਨਸ਼ਾ? ਨਸ਼ੇ ਨੂੰ ਹਜੇ ਠੱਲ ਪੂਰੀ ਤਰ੍ਹਾਂ ਪਈ ਨਹੀਂ ਹੈਗੀ, ਇਹ 'ਚ ਸਰਕਾਰੀ ਜ਼ਿੰਮੇਵਾਰ ਨੇ, ਪਰ ਇਹ ਨਸ਼ਾ ਬਾਹਰੋਂ ਆਉਂਦਾ ਗਾ, ਕੋਈ ਆਪਣੇ ਤਾਂ ਨਹੀਂ ਹੁੰਦਾ, ਠੀਕ ਹੈ, ਇਸ ਨੂੰ ਕੰਟਰੋਲ ਕਰਨਾ ਜ਼ਰੂਰੀ ਆ ਤਾਂ ਕਿ ਜਵਾਨੀ ਆਪਣੀ ਬਚ ਸਕੇ, ਠੀਕ ਹੈ। ਅੱਛਾ ਬਾਈ ਤੁਹਾਨੂੰ ਕੀ ਲੱਗਦਾ ਕਿ ਜ਼ਿੰਮੇਵਾਰ ਕੌਣ ਆ ਇਹਦੇ 'ਚ? ਇਹ ਤਾਂ ਜ਼ਿੰਮੇਦਾਰ ਆਪਣੀ ਸਰਕਾਰ ਨੂੰ ਹੀ ਮੰਨਿਆ ਜਾਵੇ, ਕਿਉਂਕਿ ਇਹ ਸਰਕਾਰ ਹੀ ਭੇਜਦੀਆਂ ਨੇ ਇਹ,
ਨਸ਼ਾ ਤੁਹਾਨੂੰ ਲੱਗਦਾ ਕਿ ਬੇਰੁਜ਼ਗਾਰੀ ਕਰਕੇ ਤੁਹਾਨੂੰ ਕੀ ਲੱਗਦਾ ਬਈ ਨੌਜਵਾਨ ਨਸ਼ੇ ਕਰਦੇ ਕਿਉਂ ਨੇ? ਨੌਜਵਾਨ ਨਸ਼ੇ ਇੱਕ ਤਾਂ ਬੇਰੁਜ਼ਗਾਰੀ ਦਾ ਮੇਨ ਮੁੱਦਾ ਹੈਗਾ ਹੀ ਇਹਦਾ ਜੀ, ਠੀਕ ਹੈ। ਦੂਸਰਾ ਘਰਦੇ ਨਹੀਂ ਸਮਝਾਉਂਦੇ, ਠੀਕ ਹੈ, ਟਾਈਮ ਸਿਰ ਉਹਨਾਂ ਨੂੰ ਕੁਛ ਕਹਿੰਦੇ ਨਹੀਂ ਹੈਗੇ, ਬਾਕੀ ਸਰਕਾਰਾਂ ਦਾ ਤੁਹਾਨੂੰ ਪਤਾ ਜ਼ਿੰਮੇਵਾਰੀ 'ਚ ਹੈਗੀ ਨੇ। ਅੱਛਾ, ਅਤੇ ਆਪਾਂ ਨੂੰ ਨੌਜਵਾਨ ਪੀੜ੍ਹੀ ਹੈ ਜਿਹੜੀ, ਇਹਨਾਂ ਨੂੰ ਕੀ ਕਰਨਾ ਚਾਹੀਦਾ ਨਸ਼ੇ ਦੇ ਠੱਲ ਪਾਉਣ ਲਈ? ਨੌਜਵਾਨ ਪੀੜ੍ਹੀ ਨੂੰ ਤਾਂ ਬਸ ਬਈ ਯਾਰ, ਆਪਾਂ ਤਾਂ ਇੱਦਾਂ ਹੀ ਕਹਿਣਾ ਚਾਹੁੰਦੇ ਹਾਂ ਵੀ ਖੇਡਾਂ ਵੱਲ ਜ਼ਿਆਦਾ ਧਿਆਨ ਦਿਓ ਆਪਦਾ ਨਾ, ਜਿਹਦੇ ਨਾਲ ਬਾਕੀ ਰੁਜ਼ਗਾਰ ਮਿਲ ਜਾਵੇ ਤਾਂ ਯਾਰ ਨਸ਼ਾ ਸ਼ਾਇਦ ਕੁਛ ਕੁ ਰੁਕ ਸਕਦਾ ਭਰਾ। ਤੁਸੀਂ ਕਹੋਗੇ ਬਾਈ? ਮੈਂ ਵੀ ਇਹੀ ਕਹਿਣਾ ਵੀ ਨੌਜਵਾਨ ਪੀੜ੍ਹੀ ਨੂੰ ਆਪਦੀ ਪੜ੍ਹਾਈ ਵੱਲ ਅਤੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ, ਤਾਂ ਜੋ ਆਪਾਂ ਨਸ਼ੇ ਤੋਂ ਕੰਟਰੋਲ ਕਰ ਸਕੀਏ। ਸੋ ਦੋਸਤੋ, ਇਹ ਸੀ ਨੌਜਵਾਨਾਂ ਦੀ ਰਾਏ, ਜਿਨ੍ਹਾਂ ਦਾ ਮੰਨਣਾ ਹੈ ਕਿ ਮਰੋ ਜਾਂ ਵਿਰੋਧ ਕਰੋ ਦੀ ਜਿਹੜੀ ਨਸ਼ਾ ਰੋਕੂ ਇੱਕ ਲਹਿਰ ਉੱਠੀ ਸੀ ਉਸ 'ਤੇ ਠੱਲ ਜ਼ਰੂਰ ਪਈ ਹੈ, ਪਰ ਨਸ਼ਾ ਜਿਹੜਾ ਉਹ ਅੱਜ ਵੀ ਆਮ ਵਿਕਦਾ, ਨਸ਼ੇ ਜਿਹੜੀ ਹੈ ਉਹ ਠੱਲ ਨਹੀਂ ਪਈ। ਉਹ ਸਰਕਾਰ ਨੂੰ ਇਸ ਦੇ ਵਿੱਚ ਜ਼ਿੰਮੇਵਾਰ ਠਹਿਰਾ ਰਹੇ ਨੇ, ਉਹਨਾਂ ਦਾ ਮੰਨਣਾ ਹੈ ਕਿ ਸਰਕਾਰ ਆਪਣੇ ਨਿੱਜੀ ਕੰਮ ਦੇ ਲਈ ਨੌਜਵਾਨਾਂ ਨੂੰ ਜਿਹੜਾ ਉਹ ਨਸ਼ੇ 'ਤੇ ਲਾਉਂਦੀ ਹੈ। ਤੁਹਾਡਾ ਇਸ ਬਾਰੇ ਕੀ ਮੰਨਣਾ ਕਿ ਨੌਜਵਾਨ ਨਸ਼ੇ 'ਤੇ ਕਿਉਂ ਲੱਗਦੇ ਨੇ ਅਤੇ ਉਸ ਮਸਲੇ 'ਤੇ ਕਿਤੇ ਨਾ ਕਿਤੇ ਠੱਲ ਪਈ ਤੁਹਾਨੂੰ ਲੱਗਦੀ ਹੈ? ਤੁਸੀਂ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਰੱਖ ਸਕਦੇ ਹੋ, ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਦੋਸਤੋ। ਸੂਈ ਸਵੇਰ ਲੋਕ ਪੱਖੀ ਮੀਡੀਆ ਦੁਆਰਾ ਹੈ, ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡੇ ਮੀਡੀਆ ਨੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਇੱਕ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।